ਨਾਗਰੀ ਨਗਰ ਦੀ ਸਾਰੀ ਸਾਧ ਸੰਗਤ, ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ, ਮਾਵਾਂ ਭੈਣਾਂ ਛੋਟੇ ਬੱਚੇ, ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਧਰੋਂ ਵੀ ਆ ਗਏ ਸਾਰੇ, ਉਹਨਾਂ ਦੀ ਵੈਸੇ ਫਤਿਹ ਬੁਲਾਤੀ ਵੀ, ਚਲੋ ਜਾਓ ਸ਼ਾਬਾਸ਼, ਬਹੁਤ ਹੋ ਗਿਆ। ਉਹ ਆ ਗਏ ਸਾਰੇ, ਜਿੰਨੀਆਂ ਗੱਡੀਆਂ ਨੇ ਉਨੇ ਬੰਦੇ ਨੇ ਉਹਨਾਂ ਦੇ, ਇੱਕ ਇੱਕ ਹੁੰਦਾ ਇੱਕ ਗੱਡੀ ਚ। ਆ ਜਾਓ, ਵਧੀਆ ਹੋ ਗਿਆ ਜਿਹੜਾ ਬਰਾਬਰ ਲਾ ਲਿਆ। ਲਾਲ ਹੀਰੇ ਵਾਲਾ ਗਾਣਾ ਜਾਂ ਵਿੱਚ ਕੱਲ ਕਿਸੇ ਨੇ ਕਹਿੰਦਾ ਪੰਜ ਬਰਾਬਰ ਕੱਢਣਾ। ਸੋ ਨਾਗਰੀ ਪਿੰਡ ਦੇ ਮੁੰਡੇ ਜਿਹੜੇ ਆਪਦਾ ਤੇਲ ਫੂਕਦੇ ਫਿਰਦੇ ਆ, ਘੁਮੱਕੜ ਸਾਡੇ। ਆ ਦੇਖੋ ਪਰਮਾਤਮਾ ਵੀ ਸੱਚੀਆਂ ਨੀਤਾਂ ਨਾਲ ਹੈ, ਕਹਿੰਦਾ ਯਾਰ ਇਹਨਾਂ ਦੇ ਅੱਖਾਂ 'ਚ ਧੂੜ ਪਈ ਜਾਂਦੀ ਹੈ, ਪਾਣੀ ਛਿੜਕਦੀ ਹੈ। ਆ ਦੇਖੋ ਆ ਛਿੜਕਦਾ ਪਾਣੀ, ਹਾਂ ਬਸ। ਸੋ ਤੁਹਾਡੇ ਨਾਲ ਆ, ਤੁਹਾਡੇ ਵਰਗੇ ਆ। ਆਪਣਾ ਬਟਨ ਤੀਜੇ ਨੰਬਰ 'ਤੇ ਹੈ, ਪਰ ਆਉਣਾ ਪਹਿਲੇ ਨੰਬਰ 'ਤੇ ਆਪਾਂ, ਠੀਕ ਹੈ ਨਾ। ਸੋ ਕੱਲ੍ਹ ਮੁੱਖ ਮੰਤਰੀ ਵੀ ਸਾਰੇ ਸੰਗਰੂਰ ਦੇ ਵਿੱਚ ਗੇੜਾ ਦੇ ਕੇ ਗਏ, ਰੋਗਲੇ ਦੜਪੇ ਮਹਿਲਾਂ। ਦਿੱਲੀ ਦਾ ਮੁੱਖ ਮੰਤਰੀ ਪਿੰਡਾਂ 'ਚ ਫਿਰਦਾ ਯਾਰ, ਪੰਜਾਬ ਵਾਲਾ ਪਹਾੜਾਂ 'ਚ ਬੈਠਾ। ਉਹ ਰੂਸਾ ਦਾ ਜਨਮ ਦਿਨ ਮਨਾਊ ਪਾਈ ਬਈ ਨੂੰ, ਇੱਕ ਦਿਨ ਘੱਟ ਗਿਆ। ਜੇ ਕਿਤੇ 21 ਨੂੰ ਰਿਜ਼ਲਟ ਆਉਣਾ ਹੁੰਦਾ ਨਾ, ਉਹਦਾ ਜਨਮ ਦਿਨ ਖਰਾਬ ਹੋ ਜਾਣਾ ਸੀ। ਸੋ ਵੀਰੋ ਇੱਥੇ ਆ ਕੇ ਕਹਿ ਕੇ ਗਏ ਹੁਣੇ, ਐਂ ਕਰ ਦਿਆਂਗੇ ਉਹ ਕਰ ਦਿਆਂਗੇ। ਪਹਿਲਾਂ ਇਹਨਾਂ ਨੂੰ ਇਹ ਤਾਂ ਪੁੱਛ ਲਓ ਵੀ ਪਹਿਲਾਂ ਕੀ ਕੀਤਾ ਤੁਸੀਂ, ਸਵਾ ਦੋ ਸਾਲ 'ਚ ਨੌਕਰੀਆਂ ਦਿੱਤੀਆਂ, ਕਰਜ਼ੇ ਮਾਫ ਹੋ ਗਏ, ਸਮਾਰਟਫੋਨ ਤਾਂ ਮਿਲ ਗਏ। ਤੇ ਪੰਜ ਮਹੱਲਿਆਂ ਦੇ ਪਲਾਟ ਰਜਿਸਟਰੀ ਹੋ ਗਈ ਹੋਣੀ ਤੁਹਾਡੇ ਨਾਂ ਤੇ, ਫਰਦਾਂ ਕਢਾ ਲਿਓ, ਇੰਤਕਾਲ ਕਰਾ ਲਿਓ ਉਹਦਾ, ਹੈਂ। ਇੱਕ ਮੁੰਡੇ ਨੇ ਮੈਨੂੰ ਫੜਾਇਆ, ਝਾੜੂ ਕਿੱਥੇ ਹੋ ਚਾਂਦੀ ਦਾ, ਲਿਆ ਫੜਾ ਹਾਲੇ ਚਾਂਦੀ ਦਾ ਝਾੜੂ ਬਣਾ ਕੇ ਦਿੱਤਾ ਨੇ। ਕਹਿੰਦਾ ਇਹ ਕਹਿੰਦੇ ਨੇ ਝਾੜੂ ਤੀਲਾ ਤੀਲਾ ਹੋ ਗਿਆ, ਉਹਨੂੰ ਕਹਿੰਦਾ ਝਾੜੂ ਚਾਂਦੀ ਦਾ ਹੋ ਗਿਆ। ਇੱਕ ਪਾਸੇ ਤਾਂ ਆਹ ਪਿਆਰ ਹੈ, ਦੂਜੇ ਪਾਸੇ ਆਹ ਨੇ। ਇਹਨਾਂ ਨੂੰ ਹੱਥ ਮੜਾ ਕੇ ਨਾ ਅੱਜ ਉਂਗਲਾਂ ਗਿਣਨੀਆਂ ਪੈਂਦੀਆਂ ਨੇ, ਪੂਰੀਆਂ ਨੇ ਲੈ ਗਏ ਕੱਢੀ ਹੋਏ। ਇਹਨਾਂ ਨੂੰ ਮੈਂ ਧੂੰਆਂ ਕੱਢ ਨੂੰ ਦੇਖਦੇ ਜਾਓ, ਲੈ ਕੁੱਕੀ ਬਣਾ ਲਿਆ ਦੱਸ। ਉਹ ਮੇਰੇ ਤੇ ਤਵਾ ਲਾਈ ਜਾਂਦਾ, ਉਹ ਮੈਂ ਕਿਹਾ ਸੰਗਰੂਰ 'ਚ ਘੁੱਗੀਆਂ ਗਟਾਰਾਂ ਦਾ ਕੋਈ ਕੰਮ ਨਹੀਂ, ਇੱਥੇ ਬਾਜ ਉੱਡ ਰਹੇ ਨੇ ਸਾਡੇ। ਦੋਜੀਆਂ ਦੇ ਮੋਟਰਸਾਈਕਲ ਨੇ, ਉਹਦਾ ਕੋਈ ਸਟੈਂਡ ਨਹੀਂ ਹੁੰਦਾ, ਜਿੱਧਰ ਮਰਜ਼ੀ ਟੇਢਾ ਕਰ ਦੋ ਉਧਰ ਨੂੰ ਹੋ ਜਾਂਦੇ ਨੇ, ਠੀਕ ਹੈ ਨਾ। ਸੋਨਾਗਰੀ ਵਾਲੇ ਉਹਨਾਂ ਦੀਆਂ ਗੱਡੀਆਂ ਹੁਣ ਉਹ ਮੰਗਾਇਆ ਪੈ ਗਿਆ, ਗੱਡੀਆਂ ਇੱਧਰ ਨੂੰ ਨਿਕਲਣੀਆਂ ਉਹ ਉੱਧਰੋਂ ਮੋੜੀ ਜਾਂਦੇ ਨੇ, ਕਹਿੰਦੇ ਇੱਧਰ ਜਾਣਾ ਨਹੀਂ। ਮੈਂ ਉਹਨਾਂ 'ਚ ਜਾਂਦਾ ਨਹੀਂ ਜਾਂ ਗੱਡੀਆਂ ਨਿਕਲਦੀਆਂ ਨੇ, ਇਹ ਫਸੇ ਪਏ ਨੇ ਹੁਣ ਗਲੀਆਂ ਵਾਂ, ਕਿੱਧਰ ਨੂੰ ਜਾਈਏ ਕਿੱਧਰ ਨੂੰ। ਲੈ ਹੁਣ ਕੱਟਣ ਗੱਡੀਆਂ, ਉਹ ਕਹਿੰਦੇ ਉਹਦਾ ਕੱਟ ਜਾਊਗਾ ਤਾਂ ਇੱਧਰ ਦੀ ਲੰਘਾਂਗੇ, ਮੈਂ ਜਾਂਦਾ ਨਹੀਂ ਇੱਥੋਂ। ਹੋਰ ਕਿਵੇਂ ਆਉਂ, ਠੀਕ ਹੋ, ਕਈ ਗੱਲਾਂ ਜੀ ਕਰੀ ਚਲੋ, ਬੜਾ ਮਾਰੋ ਤਾੜੀਆਂ, ਉਹ ਪੈਕ ਲੱਗ ਗਏ ਉਹਨੇ, ਕਹਿੰਦੇ ਇੱਧਰ ਦੀ ਲੰਘ ਜਾਂਦੇ ਯਾਰ, ਭੜਕਾ ਜਾਂਦੇ ਇਸ ਤਰ੍ਹਾਂ। ਰਜਿੰਦਰ ਕੌਰ ਭੱਠਲ ਨੇ ਥੱਪੜ ਮਾਰਿਆ ਮੁੰਡੇ ਦੇ, ਕਾਂਗਰਸੀ ਪਰਿਵਾਰ ਸੀ ਨਾਲੇ, ਕਹਿੰਦੀ ਸ਼ਰਾਬੀ ਨੇ ਇਹ। ਉਹ ਮੁੰਡਾ ਮੈਨੂੰ ਫੋਨ ਆਇਆ ਉਹਦਾ, ਕਹਿੰਦਾ ਬਾਈ ਜੀ ਰਾਧਾ ਸਵਾਮੀ ਵਿਆਸ ਦਾ 2011 ਤੋਂ ਸਾਰੇ ਪਰਿਵਾਰ ਨੇ ਅਸੀਂ ਭਗਤ ਯਾਰ, ਉਹਨਾਂ ਨੂੰ ਸ਼ਰਾਬੀ ਕਹੀ ਜਾਂਦੇ, ਇਹ ਹੱਦ ਹੈ ਯਾਰ, ਮੇਰੇ ਤੇ ਤਵੇ ਲਾਈ ਜਾਂਦੇ ਸੀ ਪਹਿਲਾਂ। ਚਲੋ ਚਲੋ ਸ਼ਾਬਾਸ਼, ਚਲੀ ਗਈ, ਕਿੰਨੇ ਕੁ ਰਹਿ ਗਈ, ਇਹ ਪੰਜਾ ਨਹੀਂ ਹੈਗਾ ਥੱਪੜ ਹੈ, ਪੰਜਾ ਥੱਪੜ ਬਣ ਗਿਆ, ਤੱਕੜੀ ਚਿੱਟਾ ਚੋਲਣ ਲੱਗ ਗਈ,
ਸਫਾਈ ਕੌਣ ਕਰੂਗਾ? ਬਹੁਤ ਬਹੁਤ ਧੰਨਵਾਦ ਆ ਤੁਹਾਡਾ, ਤੁਸੀਂ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ। ਔਰ ਹੁਣ ਆਪ ਹੀ ਪੋਲਿੰਗ ਪੂਲਿੰਗ ਲਾ ਲਿਓ, ਪੋਸਟਰ ਪੁਸਟਰ 'ਤੇ ਤਾਂ ਚਲੋ ਹੁਣ ਤਾਂ ਲੱਗੇ ਪਏ ਨੇ ਸਾਰੇ। ਮਾਵਾਂ ਭੈਣਾਂ ਜੇ ਕਿਸੇ ਤੋਂ ਕੋਈ ਬਜ਼ੁਰਗ ਨੇ ਤੁਰਿਆ ਨਹੀਂ ਜਾਂਦਾ ਤਾਂ ਉਹਨਾਂ ਨੂੰ ਭਾਵੇਂ ਸਾਧਨ ਦੇ ਕੇ ਪੋਲਿੰਗ 'ਤੇ ਲੈ ਕੇ ਜਾਇਓ, ਵੋਟਾਂ ਜ਼ਰੂਰ ਪਾਇਓ। ਪਾਣੀ ਦੀ ਸ਼ਰੀਰ ਵੀ ਲਾ ਲਿਓ, ਗਰਮੀ ਹੋਊਗੀ, ਇਹ ਵੀ ਕਹਿ ਦਿਓ ਕਿ ਪਾਣੀ ਭਾਈ ਸਾਡਾ, ਵੋਟ ਜਿਹਨੂੰ ਮਰਜ਼ੀ, ਠੀਕ ਹੈ ਨਾ। ਮੈਂ ਤਾਂ ਆਪਦਾ ਕਾਫਲਾ ਰੋਕ ਕੇ ਪ੍ਰੋਗਰਾਮ ਕੈਂਸਲ ਕਰਕੇ ਅੱਗ ਵਜਾਈ ਜਾਂਦਾ ਨੇ। ਔਰ ਜੇ ਨਾ ਕਿਤੇ ਆਉਂਦੇ ਦੋ ਬੱਚੇ ਤੇ ਇੱਕ ਉਹਨਾਂ ਦੀ ਮਾਂ ਅੰਦਰ ਸੀਗੀ, ਕੁੰਡਾ ਲਾ ਲਿਆ ਅੰਦਰ ਉਹਨਾਂ ਨੂੰ, ਕਹਿੰਦੇ ਤੂੰ ਨਾ ਆ ਜੇ, ਕੁੱਪ ਉਹਨਾਂ ਦੇ ਅੰਦਰ ਸੀ ਘਰੇ, ਉਹਨੂੰ ਅੱਗ ਲੱਗੀ ਪਈ ਸੀਗਾ, ਬਾਹਰ ਆ ਜਾਓ। ਕਹਿੰਦੇ ਨਹੀਂ ਨਹੀਂ ਅੱਗ ਬੁੱਝੂਗੀ ਸੀਗਾ, ਤੁਸੀਂ ਤੁਹਾਡਾ ਧੂੰਏ ਨਾਲ ਦਮ ਘੁੱਟ ਜੂਗਾ, ਬਾਹਰ ਆ ਜਾਓ। ਮੁੰਡੇ ਭੇਜੇ ਅੰਦਰ, ਬਾਹਰ ਕੱਢ ਕੇ ਲਏ, ਅੱਗ ਵਜਾਈ, ਸਾਰੇ ਅੰਜ ਮੇ ਕਾਫਲਾ ਜਾਂਦਾ ਸੀ, ਸਾਰਾ ਕਾਫਲਾ ਲਾਤਾ, ਅਗਲੇ 10 ਮਿੰਟ ਪ੍ਰੋਗਰਾਮ ਪਿੰਡਾਂ ਦੇ ਕੈਂਸਲ ਕਰਤੇ। ਮੈਂ ਕਿਹਾ ਜੇ ਲੋਕ ਹੀ ਨਾ ਰਹੇ ਵੋਟਾਂ ਕਿੱਥੋਂ ਮੰਗੋਗੇ? ਪਹਿਲਾਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਤਾਂ ਕਰੋ, ਵੋਟਾਂ ਬਾਅਦ 'ਚ ਮੰਗ ਲਿਓ ਯਾਰ। ਮੈਨੂੰ ਪਤਾ ਵੈਸੇ ਵੀ ਮਾਨ ਵਧਾਉਣ, ਵੈਸੇ ਤਾਂ ਤੁਹਾਡੇ ਸਾਡੇ ਨਾਲ ਹੀ ਤੁਸੀਂ, ਹਾਂ ਅੰਨੀਆਂ ਹੋ ਗਈਆਂ ਯਾਰ ਚੁੱਲ੍ਹਿਆਂ 'ਚ ਫੂਕਾਂ ਮਾਰ ਮਾਰ, ਸ਼ਾਇਦ ਜੂਨ ਸੁਧਰ ਜੇ, ਸ਼ਾਇਦ ਜੂਨ ਸੁਧਰ ਜੇ। ਮੈਂ ਪਾਰਲੀਮੈਂਟ 'ਚ ਉਠਾਇਆ ਵੀ ਸੀ, ਕੱਲ੍ਹ ਨੂੰ ਵੀ ਹਰੇ ਰੰਗ ਦਾ ਪੈਨ ਫੈਸਲੇ ਲੈਣ ਵਾਲਾ ਆਉਂਦਾ। ਪਹਿਲਾ ਫੈਸਲਾ ਇਹ ਹੋਊਗਾ, ਨਰੇਗਾ ਦੀ ਦਿਹਾੜੀ ਉਸੇ ਦਿਨ ਆਥਣੇ ਮਿਲੂਗੀ, ਮਜ਼ਦੂਰ ਦੀ ਮਜ਼ਦੂਰੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ। ਡੇਢ ਸਾਲ ਹੋ ਗਿਆ ਯਾਰ, ਡੇਢ ਸਾਲ ਤੋਂ ਪੈਸੇ ਨਹੀਂ ਮਿਲੇ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ, ਬਹੁਤ ਬਹੁਤ ਮਿਹਰਬਾਨੀ ਹੈ। ਲਾਲੇ ਬਈ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ।